ਡੀ ਗੱਲ ਇੱਥੇ ਮੈਂ ਇਹ ਕਰਦਾ ਜਿਹੜੇ ਸਿੰਗਰ ਜਿਹੜੇ ਪਲੇਅਰ ਖਿਡਾਰੀ ਜਦੋਂ ਕਾਮਯਾਬ ਹੋ ਜਾਂਦੇ ਆ ਅਗਰ ਉਹ ਆਪਣੇ ਮਹਾਨ ਮਹਾਪੁਰਸ਼ਾਂ ਨੂੰ ਯਾਦ ਰੱਖਦੇ ਆ ਨਾ ਤਾਂ ਦਿਲੋਂ ਸਲੂਟ ਨਿਕਲਦੀ ਉਹਨਾਂ ਦੇ ਲਈ ਇਸ ਪਹਿਲਵਾਨ ਨੇ ਦਿਲ ਜਿੱਤ ਲਿਆ ਕਿਦਾਂ ਜਿੱਤ ਲਿਆ ਹੱਥ ਦੇ ਵਿੱਚ ਮੈਡਲ ਬਿਸ਼ਪ ਚੈਂਪੀਅਨ ਦਾ ਹੱਥ ਜੋੜ ਕੇ ਆਪਣੇ ਸਤਿਗੁਰੂ ਰਬੀਦਾਸ ਮਹਾਰਾਜੀ ਡਾਕਟਰ ਅੰਬੇਡਕਰ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਿਆ ਕਹਿੰਦਾ ਮੈਂ ਇਹ ਨਾ ਮਹਾਨ ਮਹਾਪੁਰਸ਼ਾਂ ਨੂੰ ਸਮਰਪਿਤ ਕਰਦਾ ਹਾਂ ਆਪਣਾ ਇਸ ਮੈਡਲ ਨੂੰ ਸੋ ਸਲੂਟ ਐਸ ਬੱਬਰ ਸ਼ੇਰ ਨੂੰ ਸਾਥੀਓ ਸੋ ਜਿਹੜਾ ਸਿੰਗਰ ਰਕ ਆਇਆ ਉਹਦਾ ਗਾਣਾ ਹੱਲੇ ਵੀ ਟ੍ਰੈਂਡਿੰਗ ਵਿੱਚ ਚੱਲਦਾ ਪਿਆ ਹੈ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਸ ਨੌਜਵਾਨ ਦੀ ਕਲਮ ਉਸਨੇ ਕਿਸੇ ਦੇ ਖਿਲਾਫ ਨਹੀਂ ਲਿਖਿਆ ਪਰ ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਉਹਨੂੰ ਸਿੱਧੂ ਮੂਸੇਵਾਲੇ ਦੇ ਨਾਲ ਵੀ ਜੋੜੀ ਜਾਂਦੇ ਵੀ ਉਹ ਸ਼ਾਇਦ ਉਹਦੇ ਬਾਰੇ ਲਿਖੀ ਲੈਣਾ ਜਿਹਦੇ ਬਾਰੇ ਲਿਖੂ ਨਹੀਂ ਕੁਝ ਗਲਤ ਕੀ ਲਿਖਿਆ ਦੱਸੋ ਪਹਿਲਾਂ ਉਸ ਨੌਜਵਾਨ ਨੇ ਤੇ ਇਹੀ ਕਿਹਾ ਵੀ ਕਲਾਕਾਰੀ ਸਭ ਕੁਝ ਨਹੀਂ ਤੁਸੀਂ ਆਪਣੇ ਮਾਪਾਂ ਨੂੰ ਆਪਣੇ ਆਈਡਲ ਬਣਾਓ ਆਪਣਾ ਪਰਿਵਾਰ ਆਪਣੀ ਫੈਮਿਲੀ ਪਹਿਲਾਂ ਦੇਖੋ ਸੋ ਕੀ ਮਾੜਾ ਲਿਖ ਦਿੱਤਾ ਉਸ ਮੁੰਡੇ ਨੇ ਬਈ ਤੇ ਮੇਨ ਚੀਜ਼ ਦੱਸਾਂ ਤੁਹਾਨੂੰ ਵਿਰੋਧ ਕਾਤੋਂ ਹੋ ਰਿਹਾ ਕਿਉਂਕਿ ਉਸਨੇ ਆਪਣੀ ਜਾਤੀ ਦਾ ਜ਼ਿਕਰ ਕੀਤਾ ਸੀ ਇੱਕ ਠੋਕ ਕੇ ਕਿਹਾ ਸੀ ਮੈਂ ਜਾਤ ਦਾ ਜਮਾਰ ਜਿਹਦੇ ਕਰਕੇ ਫਿਰ ਤੁਹਾਨੂੰ ਪਤਾ ਵੀ ਲੋਕਾਂ ਨੂੰ ਨੀਦਾ ਉੜ ਗਈਆਂ ਵੀ ਯਾਰ ਇਹ ਕਮਿਊਨਿਟੀ ਨੂੰ ਉੱਪਰ ਕਿਦਾਂ ਕਿਉਂਕਿ ਜਦੋਂ ਕਿਸੇ ਕਮਿਊਨਿਟੀ ਨੂੰ ਦਬਾਉਣਾ ਤੁਸੀਂ ਉਹਨੇ ਜੰਪ ਕਰਨਾ ਜੰਪ ਜੰਪ ਕਰਕੇ ਪਲੱਸ ਉੱਪਰ ਨੂੰ ਜਾਣਾ ਸਾਰੇ ਸੁਪਾਵੇ ਕਿ 99% ਜੇ 100% ਹੀ ਕਹਿ ਲਓ ਸਿੰਗਰ ਜਿਹੜੇ ਆ ਜ਼ਿਆਦਾਤਰ ਉਹ 99 ਕਹਿ ਲੈਂਦੇ ਆ ਆਪਣੇ ਗੀਤਾਂ ਵਿੱਚ ਜੱਟ ਸ਼ਬਦ ਦਾ ਪ੍ਰਯੋਗ ਕਰਦੇ ਕਿਉਂਕਿ ਜੱਟ ਸ਼ਬਦ ਜਿਹੜਾ ਟ੍ਰੈਂਡਿੰਗ ਵਿੱਚ ਹੁੰਦਾ ਜਦੋਂ ਜੱਟ ਦਾ ਜ਼ਿਕਰ ਹੁੰਦਾ ਤੇ ਉਹ ਫਿਰ ਜਿਹੜਾ ਗਾਣਾ ਵਾਇਰਲ ਵੀ ਹੁੰਦਾ ਤਾਂ ਲੋਕ ਸੁਣਦੇ ਵੀ ਸਾਰੇ ਹੀ ਉਹਨੂੰ ਪਰ ਇਸ ਰਾਕਾ ਦਾ ਆਪ ਜੇਕਰ ਇਸ ਕਰਕੇ ਕਰਦੇ ਕਿਉਂਕਿ ਇਸ ਨੌਜਵਾਨ ਗੱਭਰੂ ਨੇ ਆਪਣੀ ਜਾਤੀ ਨਹੀਂ ਲਿਖੀ ਸਿੱਧਾ ਹਿੱਕ ਠੋਕੇ ਕਹਿ ਦਿੱਤਾ ਕਿ ਮੈਂ ਜਾਤ ਦਾ ਚਮਾਰ ਇਸ ਕਰਕੇ ਇਹ ਜਿਹੜਾ ਗਾਣਾ ਇੱਕ ਚਰਚਾ ਦਾ ਵਿਸ਼ਾ ਕਾਫੀ ਦਿਨਾਂ ਤੋਂ ਬਣਿਆ ਹੋਇਆ ਹੈ ਬਹੁਤ ਸਾਰੇ ਲੋਕਾਂ ਨੇ ਉਸ ਸਿੰਗਰ ਦੇ ਉੱਤੇ ਕਿੰਤੂ ਪ੍ਰੰਤੂ ਵੀ ਕੀਤਾ ਹੈ ਕਈ ਤਰ੍ਹਾਂ ਦੇ ਹੁਣ ਬਹਾਨੇ ਲੱਭਦੇ ਪਏ ਆ ਕੋਈ ਕਹਿੰਦਾ ਜੀ ਫਲਾਨੇ ਉਸਤਾਦ ਨੂੰ ਨੇ ਇਦਾਂ ਲਿਖਿਆ ਜਦ ਕਿ ਆਪਾਂ ਅਗਰ ਉਹਦਾ ਗਾਣਾ ਸੁਣੀਏ ਤਾਂ ਉਹਨੇ ਕਿਸੇ ਦਾ ਮਤਲਬ ਦੇਖੋ ਆਪਣੀਆਂ ਭਾਵਨਾ ਪ੍ਰਗਟ ਕੀਤੀਆਂ ਉਹਨੇ ਇਹ ਗੱਲ ਕਹੀ ਹੈ ਕਿ ਤੁਸੀਂ ਕਲਾਕਾਰਾਂ ਸਿੰਗਰਾਂ ਨੂੰ ਸਭ ਕੁਝ ਨਾ ਮੰਨੋ ਤੁਹਾਡੇ ਲਈ ਤੁਹਾਡੇ ਮਾਂ ਤੇ ਮਾਂ ਬਾਪ ਸਭ ਕੁਝ ਆ ਪਹਿਲਾਂ ਤੁਹਾਡਾ ਮਾਂ ਬਾਪ ਹੈ ਤੁਹਾਡਾ ਘਰ ਪਰਿਵਾਰ ਆ ਇਹ ਚ ਕਿਹੜੀ ਮਾੜੀ ਗੱਲ ਕਹਤੀ ਉਸ ਮੁੰਡੇ ਨੇ ਬਈ ਬਿਲਕੁਲ ਗੱਲ ਸਹੀ ਆ ਦੇਖੋ ਆਪਾਂ ਗਾਣੇ ਸੰਗੀਤ ਜਿਹੜਾ ਆ ਆਪਾਂ ਗਾਣੇ ਸੁਣਦੇ ਕਿਸੇ ਦੇ ਤੇ ਉਹ ਆਪਾਂ ਮਨੋਰੰਜਨ ਲਈ ਸੁਣਦੇ ਆ ਸਾਡੇ ਲਈ ਆਈਡਲ ਸਾਡੇ ਮਾਂ ਪਿਓ ਆ ਠੀਕ ਹੈ ਸਾਡੇ ਮਹਾਨ ਮਹਾਪੁਰਸ਼ ਰਹਿਬਰ ਹਨ ਜਿਨ੍ਹਾਂ ਦੀ ਸੋਚ ਤੇ ਅਸੀਂ ਚੱਲਣਾ ਨਾ ਕਿ ਕਲਾਕਾਰਾਂ ਦੀ ਸੋਚ ਤੇ ਚੱਲਣਾ ਉਸ ਮੁੰਡੇ ਨੇ ਕੁਝ ਗਲਤ ਨਹੀਂ ਲਿਖਿਆ ਪਰ ਜਿੱਦਾਂ ਅੱਜ ਸੋਸ਼ਲ ਮੀਡੀਆ 'ਚ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਜਿਹੜੀ ਤਕਲੀਫ ਇਸ ਕਰਕੇ ਹੋਈ ਆ ਕਿਉਂਕਿ ਉਹਨੇ ਵਿੱਚ ਕਹਿ ਨਹੀਂਤਾ ਕਿ ਮੈਂ ਜਾਤ ਦਾ ਚਮਾਰ ਪਹਿਲਵਾਨ ਸੁਲਤਾਨ ਸਿੰਘ ਜਿਸਨੇ ਪਿਛਲੇ ਦਿਨੀ ਜਿਹੜਾ ਰਬਦਾਸੀਆ ਕੌਮ ਦਾ ਨਾਮ ਜਿਹੜਾ ਚਮਕਾਇਆ ਅੱਜ ਉਸ ਦੇ ਸਬੰਧ ਵਿੱਚ ਗੱਲ ਕਰਨੀ ਹੈ ਔਰ ਪੰਜਾਬੀ ਸਿੰਗਰ ਰਾਕਾ ਦੇ Song ਬਾਰੇ ਵੀ ਆਪਾਂ ਥੋੜੀ ਵੱਧੀ ਗੱਲਬਾਤ ਕਰਨੀ ਹੈ ਸੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਸਾਰੇ ਸਾਥੀ ਸਾਥੀਓ ਪਿਛਲੇ ਦਿਨੀ ਪਹਿਲਵਾਨ ਸ਼ੇਰ ਸੁਲਤਾਨ ਸਿੰਘ ਜੋ ਕਿ ਪੰਜਾਬ ਦਾ ਰਹਿਣ ਵਾਲਾ ਗੱਭਰੂ ਹੈ ਔਰ ਇੱਕ ਮੁਕਾਬਲੇ ਦੇ ਵਿੱਚ Rajasthan ਦੇ ਪਹਿਲਵਾਨ ਨੂੰ ਜਿਸ ਤਰ੍ਹਾਂ ਉਸਨੇ ਬਹੁਤ ਹੀ ਸਖਤ ਮੁਕਾਬਲੇ ਦੇ ਵਿੱਚ ਹਰਾਇਆ ਔਰ ਹਰਾਉਣ ਤੋਂ ਬਾਅਦ ਜਦੋਂ ਉਹ ਮੈਡਲ ਜਿੱਤਦਾ ਆ ਤੇ ਜਿੱਤ ਤੋਂ ਬਾਅਦ ਸ਼ੁਕਰਾਨਾ ਜਿਹੜਾ ਆ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਕਰਦਾ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਉਹਨਾਂ ਨੇ ਆਪਣੀ ਜਿੱਤ ਦਾ ਜਿਹੜਾ ਸੇਰਾ ਦਿੱਤਾ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਰਵਦਾਸੀਆ ਕੌਮ ਜਿਹੜੀ ਹੈ ਕਹਿ ਸਕਦੇ ਆ ਕਿ ਹਰ ਖੇਤਰ ਦੇ ਵਿੱਚ ਜਿਹੜੀ ਹੈ ਉਹ ਕਾਮਯਾਬੀਆਂ ਹਾਸਲ ਕਰਦੀ ਪਈ ਹੈ ਸੋ ਪਿੱਛੇ ਜਿਹਾ ਇੱਕ ਗਾਣਾ ਆਇਆ ਸੀਗਾ ਪੰਜਾਬੀ ਸਿੰਗਰ ਰਾਕਾ ਦਾ ਤੁਸੀਂ ਸਾਰਿਆਂ ਨੇ ਸੁਣਿਆ ਕਿ ਉਸ ਗਾਣੇ ਦੇ ਵਿੱਚ ਉਸ ਸਿੰਗਰ ਨੇ ਆਪਣੀ ਜਾਤ ਨਹੀਂ ਲਿਖੋਈ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੇ ਵੀ ਹੁੰਦੇ ਆ ਜੋ ਕਿਸੇ ਹੋਰ ਕਮਿਊਨਿਟੀ ਨਾਲ ਬਿਲੋਂਗ ਕਰਦੇ ਹੁੰਦੇ ਪਰ ਗੀਤ ਦੇ ਵਿੱਚ ਆਪਣੇ ਆਪ ਨੂੰ ਕਹਿ ਸਕਦੇ ਕਿ ਜੱਟ ਸ਼ੋਅ ਕਰਦੇ ਹੁੰਦੇ ਆ ਪਰ ਅਗਰ ਆਪਾਂ ਸਿੰਗਰ ਰਾਕਾ ਦੀ ਗੱਲ ਕਰੀਏ ਤਾਂ ਉਸ ਬੰਦੇ ਨੇ ਆਪਣੀ ਜਾਤੀ ਨਹੀਂ ਲਿਖੋਈ ਸਗੋ ਗਰਭ ਤੇ ਮਾਰਨ ਲਿਆ ਕਿ ਮੈਂ ਜੱਤ ਦਾ ਚਮਾਰ ਸੋ ਇਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜੋ ਕਹਿ ਸਕਦੇ ਕਿ ਰਬਦਾਸੀਆ ਭਾਈਚਾਰੇ ਦੇ ਲਈ ਜਿਹੜੀਆਂ ਇਹ ਖਬਰਾਂ ਆ ਰਹੀਆਂ ਜਿੱਦਾਂ ਪਿਛਲੇ ਦਿਨੀ ਇੱਕ ਜਿਹੜਾ ਪਹਿਲਵਾਨ ਸ਼ੇਰ ਸੁਲਤਾਨ ਸਿੰਘ ਜਿਸ ਨੇ ਇੱਕ ਬਹੁਤ ਹੀ ਸਖਤ ਮੁਕਾਬਲੇ ਦੇ ਵਿੱਚ ਆਪਣੇ ਵਿਰੋਧੀ ਨੂੰ ਮਤਲਬ ਬੁਰੀ ਤਰ੍ਹਾਂ ਹਰਾਇਆ ਔਰ ਰਬਦਾਸੀਆ ਭਾਈਚਾਰੇ ਦਾ ਜਿਹੜਾ ਨਾਮ ਰੋਸ਼ਨ ਕੀਤਾ ਸੋ ਸਾਥੀਓ ਬਹੁਤ ਸਾਰੇ ਲੋਕ ਜਿੱਦਾਂ ਹੁਣ ਕਮੈਂਟਾਂ ਵਿੱਚ ਇਹ ਗੱਲ ਕਰਦੇ ਜਿੱਦਾਂ ਹੁਣ ਦੇਖੋ ਜਿਹੜਾ ਉਹ ਪਹਿਲਵਾਨ ਸੀ ਮੁੰਡਾ ਸ਼ੇਰ ਸੁਲਤਾਨ ਸਿੰਘ ਉਹਨੇ ਆਪਣੀ ਵੀਡੀਓ ਦੇ ਵਿੱਚ ਸਪੈਸ਼ਲ ਕਿਹਾ ਕਿ ਬਾਬਾ ਸਾਹਿਬ ਤੇ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੀ ਬਦੌਲਤ ਅੱਜ ਮੈਂ ਇਸ ਮਕਾਮ ਤੇ ਪਹੁੰਚਿਆ ਔਰ ਉਹ ਜਿਹੜਾ ਮੁੰਡਾ ਆ ਉਹ ਰਬਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਦਾ ਜੇਕਰ ਆਪਾਂ ਇਹ ਲਿਖ ਦਿੱਤਾ ਕਿ ਰਬਦਾਸੀਆ ਕੌਮ ਦੇ ਇਸ ਬੱਬਰ ਸ਼ੇਰਯੋਧੇ ਨੇ ਪੰਜਾਬ ਦਾ ਨਾਮ ਚਮਕਾਇਆ Rajasthan ਦੇ ਪਹਿਲਵਾਨ ਨੂੰ ਜਿਹੜਾ ਹਰਾ ਕੇ ਪੰਜਾਬ ਤੇ ਰਵਦਾਸੀਆ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਦੱਸੋ ਇਹਦੇ ਵਿੱਚ ਕਿਹੜੀ ਆਪਾਂ ਗਲਤ ਗੱਲ ਲਿਖਤੀ ਬਹੁਤ ਸਾਰੇ ਭਰਾਵਾਂ ਦੇ ਕਮੈਂਟਸ ਆ ਰਹੇ ਸਨ ਮੈਸੇजेस ਆ ਰਹੇ ਸੀ ਉਹ ਕਹਿੰਦੇ ਕਿ ਜਾਤੀ ਨੂੰ ਵਿੱਚ ਜੋੜਨਾ ਜ਼ਰੂਰੀ ਸੀ ਦੇਖੋ ਅ ਜਦ ਕਿ ਜਾਤੀ ਪਹਿਲੀ ਗੱਲ ਤੇ ਇਸ ਵਿੱਚ ਜਾਤੀ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਸਿਰਫ ਰਵਿਦਾਸੀਆ ਕਮਿਊਨਿਟੀ ਦੀ ਗੱਲ ਕੀਤੀ ਗਈ ਹੈ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪੁੱਤਰਾਂ ਦੀ ਗੱਲ ਕੀਤੀ ਗਈ ਹੈ ਰਵਿਦਾਸੀਆ ਮਤਲਬ ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਸਤਗੁਰੂ ਰਵਿਦਾਸ ਮਹਾਰਾਜ ਨੂੰ ਆਪਣਾ ਗੁਰੂ ਮੰਨਣ ਵਾਲੇ ਲੋਕ ਜਾਂ ਸਤਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਰਵਿਦਾਸੀਆ ਭਾਈਚਾਰਾ ਜਿਨ੍ਹਾਂ ਦੀ ਸ਼ਰਧਾ ਹਸਤਾ ਸਤਗੁਰੂ ਰਬੀਦਾਸ ਮਹਾਰਾਜ ਜੀ ਦੇ ਵਿੱਚ ਇਹ ਕੋਈ ਜਾਤੀ ਦਾ ਜ਼ਿਕਰ ਥੋੜੀ ਹੈ ਇਹ ਰਿਲੀਜੀਅਨ ਹੈ ਕੋਈ ਵੀ ਆ ਸਕਦਾ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਤੁਸੀਂ ਜਾਤੀ ਦਾ ਜ਼ਿਕਰ ਕਾਦੋਂ ਵਿੱਚ ਕੀਤਾ ਜਦਕਿ ਅਸੀਂ ਜਾਤੀ ਦਾ ਜ਼ਿਕਰ ਨਹੀਂ ਕੀਤਾ ਸੀ ਤਾਂ ਇਹ ਗੱਲ ਕਹੀ ਕਿ ਸਤਗੁਰੂ ਰਬੀਦਾਸ ਮਹਾਰਾਜ ਜਿਹਦੇ ਸੁਪੁੱਤਰ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਹਨ ਤੇ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਕੁਝ ਲੋਕਾਂ ਨੂੰ ਰਬਿਦਾਸੀਆ ਸ਼ਬਦ ਤੋਂ ਕੀ ਪ੍ਰੋਬਲਮ ਹੋ ਸਕਦੀ ਹੈ ਅਕਸਰ ਹੀ ਆਪਾਂ ਦੇਖਦੇ ਆਂ ਜਦੋਂ ਦੇਸਾਂ ਪਰਦੇਸਾਂ ਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਲੋਕ ਜੱਜ ਵਕੀਲ ਜਾਂ ਉੱਥੇ ਦੇ ਯੂਕੇ ਕੈਨੇਡਾ ਦੇ ਵਿੱਚ ਅਗਰ ਐਮਪੀ ਐਮਐਲਏ ਸਬੰਧ ਦੇ ਆ ਤੇ ਮੀਡੀਆ ਵਿੱਚ ਇਹ ਸ਼ਬਦ ਆ ਕਿ ਫਲਾਨੀ ਕਮਿਊਨਿਟੀ ਦੇ ਬੰਦੇ ਨੇ ਫਲਾਨੀ ਕਮਿਊਨਿਟੀ ਦਾ ਨਾਮ ਉੱਚਾ ਕੀਤਾ ਲੋ ਜੀ ਉੱਥੇ ਜੱਜ ਲੱਗ ਗਿਆ ਉਦੋਂ ਤਾਂ ਕੋਈ ਇਹ ਗੱਲ ਨਹੀਂ ਕਹਿੰਦਾ ਕਿ ਭਾਈ ਉਹਨਾਂ ਨੂੰ ਪੰਜਾਬੀ ਕਹੋ ਕਿ ਪੰਜਾਬ ਦੇ ਆ ਉਦੋਂ ਕੋਈ ਨਹੀਂ ਕਹਿੰਦਾ ਕਿ ਭਾਈ ਵੀ ਜਾਤ ਨੂੰ ਕਦ ਵਿੱਚ ਜੋੜਦੇ ਆ ਜਾਂ ਧਰਮ ਨੂੰ ਕਦ ਵਿੱਚ ਜੋੜਦੇ ਆ ਪਰ ਅੱਜ ਜੇਕਰ ਰਵਦਾਸੀਆ ਭਾਈਚਾਰੇ ਦਾ ਕੋਈ ਨੌਜਵਾਨ ਕੋਈ ਪ੍ਰਸਿੱਧੀ ਹਾਸਲ ਕਰਦਾ ਪਿਆ ਜੇਕਰ ਅਸੀਂ ਇਹ ਲਿਖ ਦਤਾ ਕਿ ਰਵਦਾਸੀਆ ਭਾਈਚਾਰੇ ਦਾ ਨੌਜਵਾਨ ਨੇ ਜਿਹੜੀ ਹੈ ਪੰਜਾਬ ਦਾ ਨਾਮ ਰੋਸ਼ਨ ਕੀਤਾ ਤਾਂ ਲੋਕ ਕਹਿੰਦੇ ਜਾਤ ਵਿੱਚ ਕਾਹਤੋਂ ਲਿਖਦੇ ਸਿੱਧਾ ਪੰਜਾਬ ਲਿਖੋ ਅਜਦਣ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਦੂਜੀਆਂ ਕਮਿਊਨਿਟੀ ਦਾ ਲੋਕ ਉੱਥੇ ਦੇ ਐਮਪੀ ਬਣਦੇ ਆ ਐਮਐਲਏ ਬਣਦੇ ਆ ਜੱਜ ਵਕੀਲ ਡਾਕਟਰ ਇੰਜੀਨੀਅਰ ਬਣਦੇ ਆ ਤੂ ਉਸੇ ਮੇ ਲਿਖਿਆ ਜਾਂਦਾ ਫਲਾਨੀ ਕਮਿਊਨਿਟੀ ਦਾ ਬੰਦਾ ਮੈਂ ਚਲੋ ਧਰਮ ਦਾ ਜ਼ਿਕਰ ਨਹੀਂ ਕਰਦਾ ਕਿਹਣਾ ਫਿਰ ਟਾਰਗੇਟ ਕਰਦਾ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਸਾਡੇ ਲਈ ਸਾਰੀ ਸਨਮਾਨਜਨਕ ਹੈ ਅੱਜ ਜੇਕਰ ਅਬਦਾਸੀਆਂ ਭਾਈਚਾਰੇ ਦੇ ਨੌਜਵਾਨ ਪੰਜਾਬ ਦਾ ਭਾਰਤ ਦਾ ਨਾਮ ਰੋਸ਼ਨ ਕਰਦੇ ਆ ਅਸੀਂ ਤਾਂ ਲਿਖਾਂਗੇ ਕਿ ਸਤਗੁਰੂ ਰਬੀਦਾਸ ਮਹਾਰਾਜ ਦੇ ਪੁੱਤਰਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਰਬਦਾਸੀਆਂ ਭਾਈਚਾਰੇ ਦੇ ਨੌਜਵਾਨ ਗੱਪਰੂਆਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇੱਥੇ ਕੋਈ ਮਾੜੀ ਗੱਲ ਨਹੀਂ ਹੈ ਦੂਜੇ ਸਾਥੀ ਤਨ ਨੂੰ ਪਤਾ ਹੈ ਕਿ ਪਿਛਲੇ ਦਿਨੀ ਸਿੰਗਰ ਰਾਕਾ ਦਾ ਇੱਕ ਸੌਂਗ ਆਇਆ ਸੀਗਾ ਜਿਹਦੇ ਵਿੱਚ ਉਹਨੇ ਆਪਣੀ ਸਟੋਰੀ ਜਿਹੜੀ ਐ ਸਾਂਝੀ ਕੀਤੀ ਲੋਕਾਂ ਨਾਲ ਕਿ ਕਿਸ ਤਰ੍ਹਾਂ ਉਹਦੀਆਂ ਲੱਤਾਂ ਖਿੱਚੀਆਂ ਗਈਆਂ ਸੰਗੀਤ ਖੇਤਰ ਵਿੱਚ ਕਿਸ ਤਰ੍ਹਾਂ ਉਹਦੇ ਨਾਲ ਭੇਦਭਾਵ ਹੋਇਆ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਨੌਜਵਾਨ ਸਿੰਗਰ ਰਿਹਾ ਕਿਸ ਤਰ੍ਹਾਂ ਉਹਨੇ ਆਪਣੇ ਘਰ ਦੀ ਵੀ ਗੱਲ ਦੱਸੀ ਕਿ ਘਰ ਮੇਰਾ ਚੁੰਦਾ ਸੀ ਛੱਤ ਬਾਲੇ ਚੁੰਦੇ ਸੀ ਉਹਨੇ ਗਾਣੇ ਦੇ ਵਿੱਚ ਆਪਣਾ ਦਰਦ ਬਿਆਨ ਕੀਤਾ ਔਰ ਫਿਰ ਉਹਨੇ ਆਪਣੇ ਗਾਣੇ ਦੀ ਇੱਕ ਲਾਈਨ ਦੇ ਵਿੱਚ ਇਹ ਵੀ ਕਿਹਾ ਕਿ ਨਾ ਜ਼ਮੀਨ ਨਾ ਜਾਇਦਾਦ ਮੈਂ ਜਾਤ ਦਾ ਚਮਾਰ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਅਕਸਰ ਹੀ ਸਿੰਗਰ ਜਿਹੜੇ ਆ ਉਹ ਟ੍ਰੈਂਡਿੰਗ ਟਾਪਿਕ ਹੀ ਚੁਣਦੇ ਆ ਜਿੱਦਾਂ ਹੁਣ ਅੱਜਕੱਲ ਤੁਹਾਨੂੰ ਪਤਾ ਹੈ ਕਿ ਜਿੱਦਾਂ ਕਹਿ ਸਕਦੇ ਬਹੁਤ ਸਾਰੇ ਸਿੰਗਰ ਤੋਂ ਤੇ ਇਹ ਇੱਕ ਕਹਿ ਸਕਦੇ ਕਿ ਟ੍ਰੋਲ ਹੁਣ ਉਸ ਮੁੰਡੇ ਨਾਲ ਕਾਫੀ ਹੋ ਰਿਹਾ ਪਰ ਰਾਕ ਦਾ ਜਿਹੜਾ ਗਾਣਾ ਆ ਉਹ ਬਹੁਤ ਤੇਜ਼ੀ ਨਾਲ ਵਾਇਰਲ ਹੁੰਦਾ ਪਿਆ ਆ ਔਰ ਸਾਰੇ ਲੋਕ ਸੁਣਦੇ ਵੀ ਪਏ ਆ